ਨਾਮ ਦੱਸ ਦਿਓ ਜੀ। ਮੈਂ ਇੰਸਪੈਕਟਰ ਇੰਦਰਦੀਪ ਸਿੰਘ। ਸਰ ਅੱਜ ਜਿਹੜੇ ਮੁਲਜ਼ਮ ਨੂੰ ਪੇਸ਼ ਕੀਤਾ ਗਿਆ ਅਦਾਲਤ 'ਚ, ਕੀ ਮਾਮਲਾ ਕੀ ਹੈ ਜੀ ਸਰ ਇਹਦਾ? ਮਾਮਲਾ ਇਹ ਆਈਸ ਡਰੱਗ ਅਤੇ ਹੈਰੋਨ ਦੇ ਨਾਲ ਜੁੜਿਆ ਹੋਇਆ ਜੀ। ਜੀ ਇਹ ਕੱਲ੍ਹ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਆਫ ਸਤਨਾਮ ਸਿੰਘ, ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਅਤੇ ਜਿਹੜਾ ਛਿਆਟੇ ਉਹਨੇ ਕਿਰਾਏ ਦੇ ਮਕਾਨ 'ਤੇ ਰਹਿ ਕੇ ਅਤੇ ਇੱਥੇ ਲੋਕਲ ਗਾਹਕਾਂ ਨੂੰ ਜਿਹੜਾ ਵਾ ਯੂਜਰਾਂ ਨੂੰ ਇਹ ਹੈਰੋਨ ਵੇਚਦਾ ਵਾ, ਅਤੇ ਉਹ ਉਸ ਇਨਫੋਰਮੇਸ਼ਨ ਦੇ ਵਿਹਾਵ 'ਤੇ ਓਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ। ਉੱਥੇ ਜਦੋਂ ਚੈਕਿੰਗ ਕੀਤੀ ਆ ਅਤੇ ਉੱਥੇ ਇੱਕ ਦੋਸ਼ੀ ਜਿਹੜਾ ਵਾ ਖੜ੍ਹਾ ਵਿਅਕਤੀ ਦਿਖਾਈ ਦਿੱਤਾ, ਜਿਹਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ। ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਅਤੇ ਉਹਦੇ 'ਚੋਂ 4 ਕਿਲੋਗ੍ਰਾਮ ਆਈਸ ਡਰੱਗ ਅਤੇ 1 ਕਿਲੋਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਹੋਈ ਆ। ਇਸ ਦੋਸ਼ੀ ਦੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ। 1 ਹਫ਼ਤੇ ਤੋਂ ਸੀਕਰੇਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜਿਹੀ ਇਨਫੋਰਮੇਸ਼ਨ ਸੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਅਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈਰੋਨ। ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਵਾਚਿਆ ਜਾ ਰਿਹਾ ਸੀ। ਫਿਰ ਕੱਲ੍ਹ ਸ਼ਾਮੀ ਮਿਤੀ 2/5/23 ਨੂੰ ਇਹਨੂੰ ਜਿਹੜਾ 2/5/24 ਅਤੇ ਇਹਨੂੰ ਆਪਾਂ ਜਿਹੜਾ ਵਾ ਇਹਨੂੰ ਅਰੈਸਟ ਕਰ ਲਿਆ ਅਤੇ ਇਹਦੇ ਕੋਲ ਬਰਾਮਦਗੀ ਹੋ ਗਈ। ਪਹਿਲਾਂ ਵੀ ਪਰਚਾ ਵਗੈਰਾ ਕੋਈ ਦਰਜ ਹੈਗਾ? ਉਹ ਅਜੇ ਫਰਦਰ ਇਨਵੈਸਟੀਗੇਸ਼ਨ 'ਤੇ ਪਤਾ ਲੱਗੂਗਾ ਜੀ। ਇਹਦੇ ਫਾਰਵਰਡ ਅਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ। ਸਰ ਜਿਹੜੀ ਆ ਹੈਰੋਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ? ਹਾਂਜੀ, ਕ੍ਰੋਸ ਦਾ ਬਾਰਡਰ ਆ। ਹੁਣ ਇਹ ਮਾਨਯੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ। ਪੇਸ਼ ਕਰਨ ਤੋਂ ਬਾਅਦ ਇਹਦਾ ਜਿਹੜਾ ਰਿਮਾਂਡ ਲੈ ਕੇ ਅਤੇ ਫਿਰ ਅਗਲੀ ਜਿਹੜੀ ਆ ਪੁੱਛਗਿੱਛ ਦਾ ਜੋ ਵੀ ਖੁਲਾਸਾ ਹੋਊਗਾ, ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਹੋਏ ਇਸ ਧੰਦੇ ਦੇ ਵਿੱਚ ਅਤੇ ਉਹਨਾਂ ਦੀਆਂ ਅਰੈਸਟਾਂ ਪਾਵਾਂਗੇ। ਸਰ ਵੈਸੇ ਕਿੰਨੇ ਕੁ ਦੇਰ ਦਾ ਕੰਮ ਕਰ ਰਿਹਾ? ਆਈਡੀਆ ਹੈ ਜੀ ਕੁਛ ਦੱਸਿਆ? ਇਹਦੀ ਸਰਸਰੀ ਜਿਹੜੀ ਪੁੱਛਗਿੱਛ ਆ ਉਹਨੇ ਪਿਛਲੇ 3-4 ਸਾਲ ਤੋਂ ਇਹਦਾ ਪਿੰਡ ਬਾਰਡਰ 'ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸਮਗਲਰਾਂ ਦੇ ਸੰਪਰਕ 'ਚ ਆ ਗਿਆ ਅਤੇ ਉੱਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ ਵਟਸਐਪ ਜ਼ਰੀਏ ਇਸ ਤਰ੍ਹਾਂ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ। ਪਾਕਿਸਤਾਨ 'ਚ ਵੀ ਕੁਛ ਲਿੰਕਸ ਹੋ ਸਕਦੇ ਜੀ ਇਹਦੇ? ਇਹ ਗੱਲ ਦਾ ਆਪਾਂ ਅਜੇ ਕਰ ਰਹੇ ਹਾਂ ਕਿ ਹੋਰ ਕਿਹੜਾ ਬੰਦਾ ਸੀ ਜਾਂ ਕੋਈ ਪਿੱਛੇ ਆ ਕੋਈ ਬਾਰਡਰ 'ਤੇ ਆ ਜਿਹੜਾ ਕਿ ਇਹਨੂੰ ਮੰਗਵਾ ਕੇ ਦਿੰਦਾ ਸੀ, ਕਿਸ ਰਸਤੇ ਆ ਰਹੀ ਜਾਂ ਕ੍ਰੋਸ ਬਾਰਡਰ ਤੋਂ ਤਾਰਾਂ ਰਸਤੇ ਆਉਂਦੀ ਜਾਂ ਕੋਈ ਡਰੋਨ ਰਸਤੇ ਆਉਂਦੀ, ਉਹਦਾ ਜਿਹੜਾ ਆਪਾਂ ਪਤਾ ਲਗਾਉਂਦੇ।